ਪ੍ਰੈਜ਼ੀਡੈਂਟ 트੍ਰੰਪ ਨੇ ਸੀਰੀਜ਼ ਆਫ ਮਿਨੀ ਸਟ੍ਰੋਕ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਦੱਸਦੀਏ ਕਿ ਕਾਫੀ ਚਰਚਾ ਦੇ ਵਿੱਚ ਸੀ ਕਿ ਬੀਤੇ ਸਾਲ ਪ੍ਰੈਜ਼ੀਡੈਂਟ 트੍ਰੰਪ ਨੂੰ ਮਿਨੀ ਸਟ੍ਰੋਕ ਹੋਣ ਕਾਰਨ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੂੰ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ ਲਈ ਕਿਹਾ ਗਿਆ ਸੀ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਇਸ ਵੇਲੇ ਚਰਚਾ ਵਿੱਚ ਨੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੂੰ ਕਈ ਸਟ੍ਰੋਕ ਹੋਏ ਨੇ ਇਸ ਵੇਲੇ ਸਭ ਤੋਂ ਵੱਡੀ ਇਹ ਖਬਰ ਚਰਚਾ ਵਿੱਚ ਹੈ ਇਹ ਖਬਰਾਂ ਬੀਤੇ ਸਾਲ ਨਵੰਬਰ ਮਹੀਨੇ ਵਿੱਚ ਪ੍ਰੈਜ਼ੀਡੈਂਟ 트ੰਪ ਵੱਲੋਂ ਅਚਾਨਕ ਵਾਟਰ ਰੀਡ ਮੈਡੀਕਲ ਸੈਂਟਰ ਜਾਣ ਤੋਂ ਮਗਰੋਂ ਚਰਚਾ ਵਿੱਚ ਆਈਆਂ ਸਨ ਹੁਣ ਚੋਣਾਂ ਵਿੱਚ ਰਾਸ਼ਟਰਪਤੀ ਦੀ ਸਿਹਤ ਨੂੰ ਲੈ ਕੇ ਇਹ ਮੁੱਢ ਸਵਾਲਾਂ ਤੇ ਸੁਰਖੀਆਂ ਵਿੱਚ ਨੇ ਦੱਸਦਾ ਹੀ ਹੈ ਕਿ ਪ੍ਰੈਜ਼ੀਡੈਂਟ 트ੰਪ ਨਵੰਬਰ 2019 ਨੂੰ ਵਾਟਰ ਰੀਡ ਹਸਪਤਾਲ ਗਏ ਸਨ ਜਿਸ ਦੀ ਨਾਂ ਤਾਂ ਕੋਈ ਪਹਿਲਾ ਮੀਡੀਆ ਨੂੰ ਐਡਵਾਈਜ਼ਰੀ ਹੀ ਜਾਰੀ ਕੀਤੀ ਗਈ ਸੀ ਤੇ ਨਾ ਹੀ ਉਹਨਾਂ ਦੇ ਪ੍ਰੋਟੋਕੋਲ ਅਨਸਾਰ ਇਸ ਦਾ ਕੋਈ ਸਮਾਂ ਨਿਸ਼ਚਿਤ ਸੀ ਇਸ ਤੋਂ ਮਗਰੋਂ ਇਹ ਖਬਰਾਂ ਫੈਲੀਆਂ ਸਨ ਕਿ ਪ੍ਰੈਜ਼ੀਡੈਂਟ 트ੰਪ ਨੂੰ ਮੀਨੀ ਸਟ੍ਰੋਕ ਹੋਣ ਮਗਰੋਂ ਅਚਾਨਕ ਹਸਪਤਾਲ ਜਾਣਾ ਪਿਆ ਹੈ ਮੀਨੀ ਸਟ੍ਰੋਕ ਸਿਹਤ ਸੰਬੰਧੀ ਅਜਿਹੀ ਅਵਸਥਾ ਹੈ ਜਦੋਂ ਦਿਮਾਗ ਨੂੰ ਖੂਨ ਦੇ ਵਹਾਅ ਵਿੱਚ ਕੋਈ ਰੁਕਾਵਟ ਆ ਜਾਂਦੀ ਹੈ ਹੁਣ ਚੋਣਾਂ ਦੌਰਾਨ ਮੁਰ ਇਸ ਮੁੱਦੇ ਦੇ ਸੁਰਖੀਆਂ ਵਿੱਚ ਆਉਣ ਤੋਂ ਮਗਰੋਂ ਵਾਈਟ ਹਾਊਸ ਵੱਲੋਂ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਗਿਆ ਹੈ ਜਦੋਂ ਕਿ सीएनएन ਤੇ ਕਈ ਹੋਰ ਨਾ ਮੀਡੀਆ ਆਊਟਲੈਟਸ ਨੇ ਨਿਊਯਾਰਕ ਟਾਈਮਜ਼ ਦੇ ਇੱਕ ਪੱਤਰਕਾਰ ਵੱਲੋਂ ਪ੍ਰਕਾਸ਼ਿਤ ਕਿਤਾਬ ਦੇ ਹਵਾਲੇ ਨਾਲ ਕਿਹਾ ਹੈ ਕਿ ਪ੍ਰੈਜ਼ੀਡੈਂਟ 트ੰਪ ਨੂੰ ਸੀਰੀਜ਼ ਆਫ ਮਿਨੀ ਸਟ੍ਰੋਕ ਕਾਰਨ வால்ਟਰ ਰੀਡ ਮੈਡੀਕਲ ਸੈਂਟਰ ਜਾਣਾ ਪਿਆ ਸੀ ਅਤੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੂੰ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ ਲਈ ਸੂਚਿਤ ਕਰ ਦਿੱਤਾ ਗਿਆ ਸੀ ਹੁਣ ਇਹ ਖਬਰਾਂ ਜਿਆਦਾ ਚਰਚਾ ਵਿੱਚ ਆਉਣ ਤੋਂ ਬਾਅਦ ਨਾ ਸਿਰਫ ਵਾਈਟ ਹਾਊਸ ਨਹੀਂ ਬਲਕਿ ਸਗੋਂ ਪ੍ਰੈਜ਼ੀਡੈਂਟ ਨੇ ਖੁਦ ਟਵੀਟ ਕਰਕੇ ਅਤੇ ਮੀਡੀਆ ਨਾਲ ਗੱਲ ਕਰਦਿਆਂ ਇਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਤੇ ਇਸ ਨੂੰ ਫੇਕ ਨਿਊਜ਼ ਘਰਾਣ ਦਿੰਦੇ ਆ ਆਪਣੇ ਆਪ ਨੂੰ ਸਿਹਤਮੰਦ ਦੱਸਿਆ ਹੈ ਜਿਕਰਯੋਗ ਹੈ ਕਿ ਇਸ ਸਾਲ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਦੋਨੋਂ ਉਮੀਦਵਾਰ ਪ੍ਰੈਜ਼ੀਡੈਂਟ ਟਰੰਪ 74 ਸਾਲ ਤੇ ਜੋ ਬਾਈਡਨ ਦੀ ਉਮਰ 77 ਸਾਲ ਹੈ ਦੋਵਾਂ ਉਮੀਦਵਾਰਾਂ ਦੀ ਉਮਰ ਤੇ ਸਿਹਤ ਨੂੰ ਲੈ ਕੇ ਅਟਕਲਾਂ ਇਨਾਂ ਚੋਣਾਂ ਦੇ ਸ਼ੁਰੂਆਤੀ ਦੌਰ ਵਿੱਚ ਹੀ ਸ਼ੁਰੂ ਹੋ ਗਈਆਂ ਸਨ ਇਸ ਤੋਂ ਪਹਿਲਾਂ ਅਜਿਹੀ ਚਰਚਾ ਜੋ ਬਾਈਡਨ ਦੀ ਦਿਮਾਗੀ ਸਮਰੱਥਾ ਨੂੰ ਲੈ ਕੇ ਸ਼ੁਰੂ ਹੋਈ ਸੀ ਜਿਸ ਦਾ ਬਾਈਡਨ ਕੈਂਪ ਤੇ ਖੁਦ ਜੋ ਬਾਈਡਨ ਨੇ ਖੰਡਨ ਕੀਤਾ ਸੀ ਹੁਣ ਮੁੜ ਸ਼ੁਰੂ ਹੋਈਆਂ ਇਹ ਚਰਚਾਵਾਂ ਅਜੇ ਆਉਂਦੇ ਦਿਨਾਂ ਵਿੱਚ ਵੀ ਜਾਰੀ ਰਹਿਣ ਦੀ ਉਮੀਦ ਹੈ ਜਦੋਂ ਕਿ ਇਨਾਂ ਚਰਚਾ ਤੇ ਇਨਾਂ ਖਬਰਾਂ ਦੇ ਵਿੱਚ ਕਿਸੇ ਸਚਾਈ ਨੂੰ ਲੱਭਣ ਲਈ ਮੀਡੀਏ ਵੱਲੋਂ ਅਜੇ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਆਉਂਦੇ ਦਿਨਾਂ ਵਿੱਚ ਅਜਿਹੀਆਂ ਖਬਰਾਂ ਹੋਰ ਵੀ ਵੇਖਣ ਤੇ ਸੁਣਨ ਨੂੰ ਮਿਲ ਸਕਦੀਆਂ ਨੇ ਸੁਖਪਾਲ ਸਿੰਘ ਤਨਵਾ ਵਾਸ਼ਿੰਗਟਨ ਡੀਸੀ ਬਿਊਰੋ ਪੀਟੀਸੀ ਨਿਊਜ਼